ਬਾਕੀ ਤੁਸੀਂ ਕਿਹਨੂੰ ਦੇਖਦੇ ਹੋ ਦੀਪ ਸਿੱਧੂ ਜਾਂ ਲਖਾ ਸੁਦਾਨਾ ਵੀ ਕੌਣ ਹੋ ਸਕਦੇ ਨੇ ਦਾਅਵੇਦਾਰ ਮੁੱਖ ਮੰਤਰੀ ਦੇ ਪਿਛਤੇ ਤੱਕ ਹੋਣ ਲੱਗੇ ਨੇ ਉੱਥੇ ਪੰਜਾਬ ਦੇ ਪੰਜਾਬ ਦੇ بیٹے ਦਾ ਸਾਡੇ ਭਰਾ ਦਾ ਰਿਸ਼ਤਾ ਹਰਿਆਣੇ ਦੀ ਇੱਕ ਭੈਣ ਦੇ ਨਾਲ ਪੱਤਾ ਪਾਇਆ ਸਾਡੇ ਤੇ ਕਿਸਾਨਾਂ ਆਗੂ ਉਹ ਭਰੋਸਾ ਰੱਖਿਓ ਕਿਸਾਨਾਂ ਆਗੂਆਂ ਦੇ ਚੱਲਣ ਵਾਲੀ ਗੋਲੀ ਪਹਿਲਾਂ ਨੌਜਵਾਨਾਂ ਦੀ ਛਾਤੀ 'ਚ ਉਹਨੂੰ ਨਿਕਲੂਗੀ ਤਾਂ ਤੁਹਾਡੇ ਤੱਕ ਪਹੁੰਚੂਗੀ ਇਹ ਵਾਅਦਾ ਕਰਦੇ ਨੌਜਵਾਨ ਇੱਕ ਨੇ ਲੱਖਾ ਇੱਕਾ ਦੀਪ ਇੱਕਾ ਬਾਬਾ ਰੋਦਾ ਸਿੰਘ ਇੱਕ ਨੇ ਰਾਜੇ ਵਾਲਾ ਸਾਹਿਬ ਇੱਕ ਅਸੀਂ ਇਕੱਠੇ ਆ ਸਾਡੀ ਲੜਾਈ ਇੱਕਾ ਦੀਪ ਨੂੰ ਜਿੰਨਾ ਕਿ ਮੈਨੂੰ ਹੀ ਲੱਗਦਾ ਉਹ ਕੁਸਤੀ ਦਾ ਲਾਲਚੀ ਆ ਜਾਂ ਜਿਹੜੇ ਜਿਹੜੇ ਕਿਸਾਨ ਆ ਗੂ ਇਹਨੂੰ ਚੜੂਨੀ ਸਾਹਿਬ ਨੇ ਰਾਜੇ ਵਾਲਾ ਸਾਹਿਬ ਨੇ ਬਾਬਾ ਰੋਦਾ ਪਿੰਡੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਨਿੰਦਰ ਸਿੰਘ ਅੱਜ ਅਸੀਂ ਪਹੁੰਚੇ ਇੱਕ ਨੌਜਵਾਨ ਕੋਲ ਜੋ ਚਰਨਾਥਲ ਖੁਰਦ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੇ ਜਦੋਂ ਸੰਘਰਸ਼ ਸ਼ੁਰੂ ਹੋਇਆ ਕਿਸਾਨੀ ਸੰਘਰਸ਼ ਹਰੇਕ ਦਰਨੇ ਦੇ ਵਿੱਚ ਹਾਜ਼ਰ ਹੋਏ ਨੇ ਸਾਡੇ ਨਾਲ ਮੌਜੂਦ ਨੇ ਸੰਸਾਰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਚੱਲ ਕੇ ਆਏ ਹੋ ਕਿਸਾਨੀ ਅੰਦੋਲਨ ਦੀ ਤੁਸੀਂ ਨੇ ਗੱਲ ਕੀਤੀ ਲੜ ਰਹੇ ਆ ਲੜ ਰਹੇ ਸੀ ਲੜਾਂਗੇ ਜਿੱਤਾਂਗੇ ਇਹ 6 ਮਹੀਨੇ ਹੋ ਗਏ ਕਿਸਾਨੀ ਅੰਦੋਲਨ ਨੂੰ ਤੇ ਤੁਸੀਂ ਕਿੱਥੇ ਦੇਖਦੇ ਹੋ ਕਿੱਥੇ ਕ ਪਹੁੰਚਿਆ ਕਿਸਾਨੀ ਅੰਦੋਲਨ ਸਿਰਫ 6 ਮਹੀਨੇ ਵੀਰੇ ਮੈਂ ਗੱਲ ਕਹੂੰਗਾ 6 ਮਹੀਨੇ ਨਹੀਂ ਸਿਰਫ 6 ਮਹੀਨੇ ਲੜਾਈ ਲੰਬੀ ਆ ਲੜਾਈ ਲੰਬੀ ਜਰੂਰ ਆ ਚਾਚਾ ਅਜੀਤ ਸਿੰਘ ਜੀ ਜੋ ਭਗਤ ਸਿੰਘ ਦੇ ਚਾਚਾ ਜੀ ਸੀ ਉਹਨਾਂ ਨੇ 9 ਮਹੀਨੇ ਲੜਿਆ ਸੀ ਭਗਤ ਸਿੰਘ ਜੀ ਨੇ 116 ਦਿਨ ਦੀ ਭੁੱਖ ਹੜਤਾਲ ਕੀਤੀ ਸੀ ਆਪਣਾ ਜਿਹੜਾ ਆਪਣੀਆਂ ਮੰਗਾਂ ਮਨਾਉਣ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ 9 ਮਹੀਨੇ ਦਾ ਸਾਡੇ ਬਾਪੂ ਗੁਰੂ ਗੋਬਿੰਦ ਸਿੰਘ ਜੀ 9 ਮਹੀਨੇ ਤੱਕੇਰਾ ਪਿਆ ਸੀ ਲੜਦੇ ਰਹੇ ਨੇ ਉਹਨਾਂ ਦੀ ਉਹਨਾਂ ਦੀ ਵਾਰਸ ਆ ਉਹਨਾਂ ਦੀ ਵੰਸ਼ਾ ਜਾਂ ਲੜਦੇ ਰਹੇ ਨੇ ਪ੍ਰਵਾਹ ਕੋਈ ਨਹੀਂ ਚਾਹੇ ਬੰਦ-ਬੰਦ ਕਟਿਆ ਜਾਵੇ ਚਾਹੇ ਮਾਰੇ ਜਾਈਏ ਲੜਾਂਗੇ ਉੱਥੇ ਬਜ਼ੁਰਗ ਬੈਠੇ ਨੂੰ 6 ਮਹੀਨੇ ਹੋ ਗਏ ਤੇ ਘਰ ਤੋਂ ਬਾਹਰ ਬੈਠੇ ਨੇ ਉਹ ਆਪਣਾ ਪਰਿਵਾਰ ਛੱਡੀ ਬੈਠੇ ਨੇ ਕਾਫੀ ਔਖਾ ਹੁੰਦਾ ਉਹਨਾਂ ਵਾਸਤੇ ਵੀ ਤੇ ਉਹ ਇੰਨਾ ਲੰਬਾ ਸੰਘਰਸ਼ ਜਾ ਰਿਹਾ ਹੈ ਤੇ ਪਰਿਵਾਰ ਪਰਿਵਾਰ ਬਾਰੇ ਉਹਨਾਂ ਦੇ ਵੇਟ ਕਰਦੇ ਨੇ ਇਹ ਸਰਕਾਰ ਨੂੰ ਹੁਣ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਮੰਗਾ ਤਾਂ ਦੇਖੋ ਪਹਿਲੇ ਦਿਨੇ ਮੰਨ ਲੈਣੀਆਂ ਚਾਹੀਦੀਆਂ ਸੀ ਜਦੋਂ ਇੰਨੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਸਾਡੇ ਬਜ਼ੁਰਗ ਨੇ ਬੈਰੀਗੇਡ ਤੋੜਦੇ ਹੋਏ ਜਾਏ ਸੀ। ਬਾਕੀ ਤੁਸੀਂ ਬਜ਼ੁਰਗਾਂ ਦੇ ਪਰਿਵਾਰ ਦੀ ਗੱਲ ਕੀਤੀ ਮੇਜਰ ਖਾਨ ਨੇ ਪਟਿਆਲੇ ਕੋਲ ਦੇ। ਉਹ ਜਿਸ ਦਿਨ ਇੱਥੋਂ ਗਏ ਨੇ ਉਹਨਾਂ ਨੇ ਗੱਲ ਕੀਤੀ ਸੀ ਕਿ ਜਾਂ ਮਰ ਕੇ ਆਉਂਗਾ ਜਾਂ ਜਿੱਤ ਕੇ ਆਉਂਗਾ। ਉਸ ਤੋਂ ਬਾਅਦ ਉਹਨਾਂ ਨੇ ਪਰਿਵਾਰ ਦਾ ਮੂੰਹ ਨਹੀਂ ਦੇਖਿਆ ਉਹ ਆਪਣਾ ਜਿਹੜਾ ਉਹਨਾਂ ਦੀ লাশ ਘਰੇ ਆਈ ਆ। ਆਪਣੇ ਬੋਲ ਕਹੇ ਪਕਾ ਕੇ ਕਿ ਮੈਂ ਮਰ ਕੇ ਆਉਂਗਾ ਜਾਂ ਜਿੱਤ ਕੇ ਆਉਂਗਾ। ਮਰ ਕੇ ਆਏ ਨੇ। ਬਾਕੀ ਹੋਰ ਨੌਜਵਾਨ ਵੀ ਬਜ਼ੁਰਗ ਨੇ ਸਾਡੇ ਸਤਕਾਰਯੋਗ ਨੇ ਸਾਡੇ 80-80 ਸਾਲ ਦੇ ਬਜ਼ੁਰਗ ਨੇ ਸ਼ਰਮ ਦੀ ਗੱਲ ਆ ਸਰਕਾਰ ਲਈ ਕਿ 80-80 ਸਾਲ ਦੀਆਂ ਮਾਂ-ਮਾਂ ਸਾਡੀਆਂ ਸਾਡੀਆਂ ਭੈਣਾਂ ਸਾਡੇ ਬਾਪ ਸਾਡੇ ਦਾਦੇ ਸਾਡੇ ਤਾਈ ਉੱਥੇ ਬੈਠੇ ਨੇ ਦਿੱਲੀ ਦੀਆਂ ਸੜਕਾਂ ਦੇ ਪਹਿਲਾਂ ਜਿਹੜਾ ਪਿੰਡੇ ਦੇ ਉੱਪਰ ਦੀ ਜਿਹੜੀ ਸਿਆਲ ਹੰਡਾਇਆ ਹੁਣ ਗਰਮੀ ਇੰਨੀ ਚੱਲ ਰਹੀ ਆ ਕਦੇ ਮੀਂਹ ਆ ਜਾਂਦਾ ਕਦੇ ਝੱਕ ਇੰਨੀ ਪ੍ਰੋਬਲਮਸ ਆ ਰਹੇ ਨੇ ਕਦੇ ਝੱਕੜ ਆ ਜਾਂਦਾ ਲੜ ਰਹੇ ਹਾਂ ਹੌਸਲੇ ਸਾਰਿਆਂ ਦੇ ਬੁਲੰਦ ਨੇ ਕੋਈ ਐਦਾਂ ਦੇ ਨਹੀਂ ਕੋਈ ਗੱਲ ਨਹੀਂ ਸਰਕਾਰ ਜਿੰਨਾ ਲੰਬਾ ਲੈ ਕੇ ਜਾਊ ਅਸੀਂ ਤਿਆਰ ਹਾਂ ਕਿ ਕਿਸਾਨ ਜਥੇਬੰਦੀ ਕਹਿੰਦੇ ਸੀ ਅਸੀਂ ਹੁਣ 6 ਮਹੀਨੇ ਹੋ ਚੁੱਕੇ ਨੇ ਵੀ ਕਾਲਾ ਦਿਵਸ ਹੀ ਮਨਾ ਚੁੱਕੇ ਨੇ 6 ਮਹੀਨੇ ਹੋ ਗਏ ਨਾ ਕਾਲਾ ਦਿਵਸ ਦੇ ਤੌਰ ਤੇ ਮਨਾ ਚੁੱਕੇ ਨੇ ਤੇ ਹੁਣ ਅੱਗੇ ਕੋਈ ਸਟੈਪ ਕਿਉਂ ਨਹੀਂ ਚੱਕ ਰਹੇ ਉੱਥੇ ਹੀ ਤਰਨਾ ਲੱਗਿਆ ਹੋਇਆ ਉੱਥੇ ਹੀ ਸਾਰਾ ਮੌਜੂਦ ਹੈ ਜਥੇਬੰਦੀਆਂ ਸਟੇਜ ਲੱਗੀ ਹੋਈ ਹੈ ਪੱਕੇ ਤਰਨੇ ਲਾਇਓ ਨੇ ਅੱਗੇ ਕਿਉਂ ਨਹੀਂ ਵਧ ਰਹੇ ਅੱਗੇ ਅੱਗੇ ਕੀ ਵਧਣ ਵੀਰੇ ਪਹਿਲਾਂ ਮੈਂ ਤੁਹਾਨੂੰ ਇਹ ਸਵਾਲ ਕਰਦਾ ਅੱਗੇ ਕੀ ਵਧਣ ਜਥੇਬੰਦੀਆਂ ਨੇ ਸਾਡੀਆਂ ਸਤਿਕਾਰਯੋਗ ਨੇ ਜੋ ਸਾਨੂੰ ਹੁਕਮ ਕਰਨਗੇ ਅਸੀਂ ਨਾਲਾ ਬਾਕੀ ਪਾਰਲੀਮੈਂਟ ਦਾ ਜਿਹੜਾ ਹੈਗਾ ਪਾਰਲੀਮੈਂਟ ਦਾ ਕਿਉਂਕਿ ਇੱਕਦਮ ਜਿਹੜਾ ਕਰੋਨਾ ਦਾ ਕਹਿਰ ਜਿਹੜਾ ਇੱਕਦਮ ਇਕਦਮ ਉੱਥੇ ਦਿੱਲੀ ਦੇ ਵਿੱਚ ਵੀ ਜਿਹੜੇ ਕੇਸਿਸ ਆਏ ਸੀ ਹੁਣ ਜਥੇਬੰਦੀਆਂ ਦੀ ਜ਼ਿੰਮੇਵਾਰੀ ਆ ਜਥੇਬੰਦੀਆਂ ਦੇ ਅੰਡਰ ਨੇ ਜਿਹੜੇ ਸਾਰੇ ਹੈਗੇ ਨੇ ਉਹਨਾਂ ਦੀ ਜਾਨ ਦੀ ਜ਼ਿੰਮੇਵਾਰੀ ਆ ਉੱਥੇ ਸਹਿੱਦ ਦੀ ਜ਼ਿੰਮੇਵਾਰੀ ਆ ਕੋਈ ਹੁਣ ਸਖਾਮੀ ਘਟਨਾ ਨਾ ਹੋਵੇ ਉਹ ਵੀ ਦੇਖਣ ਦੀ ਜ਼ਿੰਮੇਵਾਰੀ ਆ ਕੋਈ ਗੱਲ ਨਹੀਂ ਸਰਕਾਰ ਹੁਣ ਚਿੱਠੀ ਲਿਖੀ ਪਿੱਛੇ ਜੇ ਜਥੇਬੰਦੀਆਂ ਨੇ ਆਗੂਆਂ ਨੇ ਸਾਡੇ ਨੇ ਮੋਦੀ ਨੂੰ ਕਿ ਨਹੀਂ ਫਿਰ ਗਰਮ ਐਕਸ਼ਨ ਛੇਤੀ ਦੇਖਣ ਨੂੰ ਮਿਲੇਗਾ ਤਾ ਤੇ ਐਕਸ਼ਨ ਦੇਖਣ ਨੂੰ ਮਿਲੇਗਾ ਆ ਨਿਊਜ਼ ਵਾਲੇ ਕਹਿੰਦੇ ਨੇ ਵੀ ਅੰਦੋਲਨ ਠੰਡਾ ਪੈ ਗਿਆ ਵੀ ਕੋਈ ਐਕਟੀਵਿਟੀ ਨਹੀਂ ਹੋ ਰਹੀ ਹੁਣਾਂ ਵੀ ਅੰਦੋ ਅੱਗੇ ਕੋਈ ਸਟੈਪ ਨਹੀਂ ਚੱਕ ਰਹੇ ਚੱਕ ਰਹੇ ਅੰਦੋਲਨ ਵੀ ਠੰਡਾ ਪੈ ਗਿਆ ਵੀ ਲੋਕ ਵੀ ਕੱਢਦੇ ਜਾ ਰਹੇ ਮੈਂ ਦੱਸਦਾ ਮੈਂ ਦੱਸਦਾ ਮੀਡੀਆ ਦੀ ਤਾਂ ਨੈਸ਼ਨਲ ਮੀਡੀਆ ਦੀ ਮਾਫ ਕਰਿਓ ਪੰਜਾਬ ਵਾਲੇ ਤੁਹਾਨੂੰ ਨਹੀਂ ਕਹਿ ਰਿਹਾ ਨੈਸ਼ਨਲ ਮੀਡੀਆ ਦੀ ਤਾਂ ਮੇਰੇ ਗੱਲੇ ਨਾ ਕਰੋ ਠੀਕ ਆ ਨੈਸ਼ਨਲ ਮੀਡੀਆ ਦੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਉਹ ਤਾਂ ਤੁਹਾਨੂੰ ਪਤਾ ਕਿ ਕਿੱਥੇ ਉਹਨਾਂ ਦਾ ਮਿਆਰ ਕਿੰਨਾ ਕੁ ਮੀਡੀਆ ਕਿਉਂਕਿ ਤੁਸੀਂ ਵੀ ਮੀਡੀਆ ਦੇ ਵਿੱਚੋਂ ਇੱਕ ਚੌਥਾ ਸਤੰਭ ਮੰਨਿਆ ਜਾਂਦਾ ਹੈ ਮੀਡੀਆ ਦਾ ਕੰਮ ਹੁੰਦਾ ਅਸਲ ਦਿਖਾਉਣਾ ਉੱਥੇ ਜਾ ਕੇ ਦੇਖੋ ਕਿਹੜਾ ਮਾਹੌਲ ਠੰਡਾ ਪੈ ਗਿਆ ਉੱਥੇ ਦੇਖੋ ਸਾਡੇ 80 80 ਸਾਲ ਦੇ ਬਾਬੇ ਥਾਪੀਆਂ ਮਾਰਦ ਨੇ ਮੌਤ ਨਾਲ ਮਖੌਲਾਂ ਕਰਦੇ ਫਿਰਦੇ ਨੇ ਉੱਥੇ ਦੇਖੋ ਸਾਡੇ ਨੌਜਵਾਨ ਵੀਰ ਕਿਵੇਂ ਤੂਫਾਨਾਂ ਦੇ ਵਿੱਚ ਚੜ ਕੇ ਖੜਦੇ ਨੇ ਆਪਣੇ ਟੈਂਟ ਲਾਏ ਹੋਏ ਨੇ ਉਹਨਾਂ ਨੇ ਬਾਕੀ ਤੁਸੀਂ ਪਿੰਡਾਂ ਦੀ ਗੱਲ ਕੀਤੀ ਪਿੰਡਾਂ ਨੂੰ ਆਉਣ ਦੀ ਉੱਥੇ ਤਾਂ ਵੀਰੇ ਖੁਦ ਸਿੰਘੂ ਬਾਰਡਰ ਤੇ ਗਾਜੀਪੁਰ ਬਾਰਡਰ ਤੇ ਇੱਕ ਪਿੰਡ ਜਿਹੜਾ ਬਸ ਗਿਆ ਰਿਸ਼ਤੇ ਤੱਕ ਹੋਣ ਲੱਗ ਗਏ ਨੇ ਉੱਥੇ ਪੰਜਾਬ ਦੇ ਪੰਜਾਬ ਦੇ ਬੇਟੇ ਦਾ ਸਾਡੇ ਭਰਾ ਦਾ ਰਿਸ਼ਤਾ ਹਰਿਆਣੇ ਦੀ ਇੱਕ ਭੈਣ ਦੇ ਨਾਲ ਪੱਕਾ ਹੋਇਆ ਇਸ ਤੋਂ ਵੱਡੀ ਮਿਸਾਲ ਹਾਲੇ ਤੱਕ ਕੋਈ ਮੀਟਿੰਗ ਨਹੀਂ ਜਨਵਰੀ 22 ਜਾਂ 23 ਨੂੰ ਮੀਟਿੰਗ ਹੋਈ ਸੀ ਤੇ ਉਸ ਤੋਂ ਬਾਅਦ 26 ਜਨਵਰੀ ਦੀ ਜਿਹੜੀ ਘਟਨਾ ਕਰਮ ਹੋਇਆ ਜਾਂ ਹੋਰ ਵੀ ਹੋਇਆ ਸਰਕਾਰ ਤਾਂ ਕਹਿ ਲਓ ਜੇ ਸਰਕਾਰ ਮੰਨ ਵੀ ਜਾਂਦੀ ਆ ਤਾਂ ਫਿਰ ਨਰਿੰਦਰ ਮੋਦੀ ਦੀ ਕੁਰਸੀ ਨੂੰ ਸਿੱਧਾ ਖਤਰਾ ਹੈ ਕਿਉਂਕਿ ਜੇ ਬਿੱਲ ਰੱਦ ਹੋਣਗੇ ਤਾਂ ਨਰਿੰਦਰ ਮੋਦੀ ਦੀ ਸਰਕਾਰ ਸੁੱਕੇ ਪੱਤੇ ਮੰਗੜੂਗੀ ਹੁਣ ਦੁਬਾਰਾ ਕਿਉਂ ਪਰੋਚ ਨਹੀਂ ਕਰਿਆ ਜਿੱਥੇ ਬੰਦੀਆਂ ਮੀਟਿੰਗ ਵਾਸਤੇ ਵੀ ਸਾਡੇ ਮੀਟਿੰਗ ਦੁਬਾਰਾ ਹੋਵੇ ਵੀ ਕੋਈ ਗੱਲਬਾਤ ਹੋਵੇ ਕੋਈ ਹੱਲ ਨਿਕਲੇ ਹੱਲ ਹੱਲ ਕੀ ਕਰਨਾ ਯਾਰ ਹੱਲ ਤਾਂ ਤਾਂ ਹੁੰਦਾ ਨਾ ਜੇ ਕੋਈ ਸੌਦਾ ਕਰਾਉਣੀ ਆ ਹੋਣ ਆਪਾਂ ਨੇ ਕੋਈ ਐਦਾਂ ਕਰਾਉਣਾ ਹੋਵੇ ਸਾਡੀ ਤਾਂ ਸਿੱਧੀ ਡਿਮਾਂਡ ਆ ਕੇ ਬਿੱਲ ਪਾੜੋ ਅਸੀਂ ਆਪਣਾ ਘਰੋਂ ਜਾਈਏ ਇਹ ਰੱਦ ਕਿਉਂ ਨਹੀਂ ਕਰੇ ਵੇ ਲੋ ਸੌਦਾ ਤਾਂ ਤਿਆਰ ਨੇ ਇਹ ਕਿਸਾਨ ਜੱਥੇਬੰਦੀਆਂ ਸੌਦਾ ਨੂੰ ਕਿਉਂ ਤਿਆਰ ਨਹੀਂ ਹੈਗੀਆਂ ਹੁਣ ਤੁਸੀਂ ਦੇਖੋ ਤੁਸੀਂ ਆਏ ਹੋ ਮੇਰੇ ਕੋਲ ਚੱਲ ਕੇ ਤੁਹਾਨੂੰ ਪਾਣੀ ਦੀ ਜ਼ਰੂਰਤ ਹੋਵੇ ਮੈਂ ਤੁਹਾਨੂੰ ਧੱਕੇ ਤੇ ਪਲਾ ਦੂੰਗਾ ਨਹੀਂ ਪਲਾ ਸਕਦਾ ਨਹੀਂ ਪਲਾ ਸਕਦਾ ਜੇ ਤੁਹਾਨੂੰ ਭੁੱਖ ਹੋਵੇ ਰੋਟੀ ਦੀ ਮੈਂ ਤੁਹਾਨੂੰ ਤਾਂਕ ਤਾਂ ਹੀ ਖਿਲਾਉਂਗਾ ਨਾ ਤੁਹਾਨੂੰ ਮੈਂ ਧੱਕੇ ਤੇ ਨਹੀਂ ਖਿਲਾ ਸਕਦਾ ਹੁਣ ਯਾਰ ਜਿਹੜੀ ਚੀਜ਼ ਦੀ ਸਾਨੂੰ ਲੋੜ ਹੀ ਨਹੀਂ ਹੈਗੀ ਉਹ ਕਿਉਂ ਸਾਨੂੰ ਧੱਕੇ ਤੇ ਦੇ ਰਹੇ ਅਸੀਂ ਨਹੀਂ ਲੈਣਾ ਵੱਧ ਮੁੱਲ ਅਸੀਂ ਤਾਂ ਗਰੀਬ ਠੀਕ ਆ ਭਾਈ ਠੀਕ ਆ ਤੁਸੀਂ ਆਪਣਾ ਡੇਡ ਗੁਣਾ ਫਾਇਦਾ ਆਪਣੇ ਬਾਨੀਆਂ ਡਾਨੀਆਂ ਨੂੰ ਕਾਰਪੋਰੇਟਿਵ ਘਰਾਣੇ ਹੁੰਦੇ ਦੋ ਅਸੀਂ ਆਪਣਾ ਪੁੰਜੇ ਬੈਠ ਕੇ ਆਪਣਾ ਪਰਿਵਾਰਾਂ ਚ ਰੋਟੀ ਖਾ ਕੇ ਅਸੀਂ ਖੁਸ਼ ਹਾਂ ਮਤਲਬ ਜਦੋਂ ਤੱਕ ਮੋਦੀ ਸਰਕਾਰ ਆ ਉਹਦਾ ਤੱਕ ਅੰਦੋਲਨ ਚੱਲੂਗਾ ਇਹ ਵੀਰ ਜੀ ਮੋਦੀ ਸਰਕਾਰ ਦਾ ਮੈਂ ਇਹ ਕਹਿਦਾ ਕਿ 2024 ਦੇ ਇਲੈਕਸ਼ਨਾਂ ਨੇ 3 ਕ ਸਾਲ ਤਕਰੀਬਨ 3 ਕ ਸਾਲ ਰਹਿੰਦੇ ਨੇ 2.5 3 ਸਾਲ ਉਹ ਇਲੈਕਸ਼ਨ ਆ ਜਿਹੜੀਆਂ ਨੇ ਅੰਦੋਲਨ ਦੇ ਸਾਇਦੇ ਵਿੱਚ ਹੋਣਗੀਆਂ ਇੱਕ ਪਾਸੇ ਕਿਸਾਨ ਆ ਬੰਗਾਲ ਦੇ ਵਿੱਚ ਦੱਸਿਆ ਨਾ ਬੰਗਾਲ ਦੇ ਵਿੱਚ ਥਾਪੀਆਂ ਮਾਰਦੇ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਗਏ ਨੇ ਸਾਡੇ ਪੰਜਾਬ ਤੋਂ ਨੌਜਵਾਨ ਗਏ ਨੇ ਮੋਦੀ ਦਾ ਕੀ ਹੋਇਆ ਉੱਥੇ ਹੋਰ ਸਟੇਟਸ ਦੇ ਵਿੱਚ ਕੀ ਹੋਇਆ ਕੇਰਲਾ ਦੇ ਵਿੱਚ ਕੀ ਹੋਇਆ ਇਹਨਾਂ ਨੇ ਪ੍ਰੋਟੈਸਟ ਕੀਤਾ ਬੰਗਾਲ ਦੇ ਵਿੱਚ ਜਾ ਕੇ ਕਿਸਾਨ ਜਥੇ ਬੰਦਿਆਂ ਨੇ ਤੇ ਉੱਥੇ ਮਮਤਾ ਬੈਨਰਜੀ ਜਿੱਤ ਗਈ ਜਿੱਤ ਗਈ ਬਿਲਕੁਲ ਤੇ ਬੀਜੇਪੀ ਦੀ ਹਾਰ ਹੋਈ ਹੈ ਉਹ ਬੁਰੀ ਤਰ੍ਹਾਂ ਹਾਰ ਹੋਈ ਹੈ ਤੇ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਹੋ ਤੀਜੀ ਜਾਂ ਚੌਥੀ ਧਿਰ ਦੇ ਤੌਰ ਤੇ ਕਿਸਾਨ ਜਥੇਬੰਦੀਆਂ ਜਥੇਬੰਦੀਆਂ ਵਿੱਚੋਂ ਕੋਈ ਨੇਤਾ ਉੱਭਰਨਗੇ ਕੋਈ ਸਿਆਸਤ ਵਿੱਚ ਆਉਣਗੇ ਦੇਖੋ ਇਹ ਫੈਸਲਾ ਜਥੇਬੰਦੀਆਂ ਦੇ ਕਰਨ ਵਾਲਾ ਸਾਡੇ ਸਤਕਾਰਯੋਗ ਨੇ ਸਾਡੇ ਅੰਕੂ ਨੇ ਜੋ ਫੈਸਲਾ ਜਥੇਬੰਦੀਆਂ ਕਰਨਗੇ ਜੋ ਸਾਨੂੰ ਹੁਕਮ ਲਾਉਣਗੇ ਵੈਸੇ ਜੋ ਮਾਹੌਲ ਆ ਮੇਰੇ ਹਿਸਾਬ ਦੇ ਨਾਲ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੋਂ ਉਤਰਨਾ ਚਾਹੀਦਾ ਜਥੇਬੰਦੀਆਂ ਨੂੰ ਕਿਉਂਕਿ ਜੋ ਰਵਾਇਤੀ ਪਾਰਟੀਆਂ ਦਾ ਆਪਾਂ ਨੇ ਮਾਹੌਲ ਦੇਖ ਲਿਆ ਗੱਲਾਂ-ਬਾਤਾਂ ਆਪਾਂ ਨੇ ਦੇਖ ਰਿਆਂ ਬੀਜੇਪੀ ਤਾਂ ਛੱਡੋ ਬੀਜੇਪੀ ਤਾਂ ਮੈਂ ਕਹਿੰਦਾ ਵੋਟਾਂ ਹੀ ਉਹਨਾਂ ਨੂੰ ਕੈਂਡੀਡੇਟੇ ਨਹੀਂ ਮਿਲ ਲੈ 117 ਪੰਜਾਬ ਵਿਧਾਨ ਸਭਾ ਦੇ ਬੀਜੇਪੀ ਛੱਡੋ ਤੇ ਬਾਕੀ ਇੱਕ ਵਾਰੀ ਮੈਦਾਨ 'ਚ ਜਿਹਦੇ ਮਨ ਦੇ ਵਿੱਚ ਭਲੇਖ ਹੈ ਉਹ ਮੈਦਾਨ ਦੇ ਵਿੱਚ ਸਾਡੇ ਕਿਸਾਨਾਂ ਨਾਲ ਲੜ ਕੇ ਦੇਖ ਲੈਣ ਹੁਣ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਤਾਂ ਦੇਖ ਵੀਰੇ ਉਤਰਨਾ ਪੈਣਾ ਬਾਕੀ ਤੁਸੀਂ ਕਿਹਨੂੰ ਦੇਖਦੇ ਹੋ ਦੀਪ ਸਿੱਧੂ ਜਾਂ ਲੱਖੇ ਸਿਧਾਣਾਂ ਆ ਵੀ ਕੌਣ ਹੋ ਸਕਦੇ ਨੇ ਦਾਅਵੇਦਾਰ ਮੁੱਖ ਮੰਤਰੀ ਦੇ ਯਾਰ ਫੇਰ ਉਹੀ ਗੱਲਾਂ ਨੇ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਦਾ ਮੁੱਦਾ ਨਹੀਂ ਹੂੰ ਉਵੀ ਸਾਡਾ ਦੀਪ ਵੀ ਸਾਡਾ ਭਰਾ ਐ ਲੱਖਾ ਵੀ ਸਾਡਾ ਭਰਾ ਐ ਜਥੇਬੰਦੀਆਂ ਵੀ ਸਾਡੀਆਂ ਆਪਣੀਆਂ ਨੇ ਜੀਨੂੰ ਜਥੇਬੰਦੀਆਂ ਜੇ ਕਿਸਾਨੀ ਪਾਰਟੀ ਬਣਦੀ ਜੀਨੂੰ ਸਾਡੇ ਕਿਸਾਨ ਆਗੂ ਕਹਿਣਗੇ ਜੇ ਉਹ ਦੀਪ ਹੋਵੇ ਜੇ ਲੱਖਾ ਹੋਵੇ ਜੇ ਸਾਡੇ ਕਿਸਾਨ ਆਗੂ ਹੋਣ ਫੁੱਲ ਚੜਾਵਾਂਗੇ ਨਹੀਂ ਜਿੱਦਾਂ ਹੁਣ ਕਾਟੋਕੜੇ ਸੋੜੇ ਆਮ ਪਾਰਟੀ ਦੇ ਵਿੱਚ ਭਗਵੰਤ ਮਾਨ ਤੇ ਖੈਰੇ ਦੇ ਵਿੱਚ ਵੀ ਦੋ ਇਕੱਠੇ ਬੰਦੇ ਨੇ ਦੋਨੇ ਚਾਹੁੰਦੇ ਨੇ ਕੁਰਸੀ ਲਈ ਤੇ ਹੁਣ ਇਹਦੇ ਵਿੱਚ ਵੀ ਪੇਚ ਪੈ ਸਕਦਾ ਵੀ ਲੱਖਾ ਸਿਧਾਣਾ ਜਾਂ ਦੀਪ ਦੀਪ ਦੇ ਵਿੱਚ ਦੋਨੇ ਫੇਮਸ ਚਿਹਰੇ ਨੇ ਫੇਮਸ ਮੈਂ ਧਰਨਾ ਫੇਮਸ ਚਿਹਰੇ ਬਿਰੇ ਪੰਜਾਬ ਦਾ ਦਰਦ ਦਾ ਚੱਕੀ ਫਿਰਦੇ ਨਾ ਜਿਹੜਾ ਪੰਜਾਬ ਦਾ ਦਰਦੀ ਹੋਊਗਾ ਉਹ ਕਦੇ ਕੁਰਸੀ ਦਾ ਲਾਲਚੀ ਨਹੀਂ ਹੋ ਸਕਦਾ ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ ਚਾਹੇ ਦੀਪ ਬਾਈ ਹੋਵੇ ਚਾਹੇ ਲੱਖਾ ਬਾਈ ਹੋਵੇ ਲੱਖਾ ਬਾਈ ਜਾਂ ਦੀਪ ਬਾਈ ਜਿੰਨਾ ਕ ਮੈਂ ਬਾਈ ਉਹਨਾਂ ਨੂੰ ਮਿਲਿਆ ਦੀਪ ਚਲੋ ਲੱਖੇ ਨਾਲ ਤਾਂ ਹਲੇ ਮੁਲਾਕਾਤ ਨਹੀਂ ਹੋਈ ਦੀਪ ਨੂੰ ਜਿੰਨਾ ਕ ਮੈਂ ਲਿਆ ਮੈਨੂੰ ਹੀ ਲੱਗਦਾ ਉਹ ਕੁਰਸੀ ਦਾ ਲਾਲਚੀ ਆ ਜਾਂ ਜਿਹੜੇ ਜਿਹੜੇ ਕਿਸਾਨ ਆਗੂਆਂ ਨੂੰ ਚੜੁੰਨੀ ਸਾਹਿਬ ਨੇ ਰਾਜੀ ਵਾਲਾ ਸਾਹਿਬ ਨੇ ਬਾਬਾ ਰੌਦਾ ਸਿੰਘ ਜੀ ਨੇ ਉਹਨਾਂ ਨੂੰ ਮੈਨੂੰ ਕੁਰਸੀ ਦੇ لالਚੀ ਕੋਈ ਨਹੀਂ ਪੰਜਾਬ ਦਾ ਦਰਦ ਚੱਕੀ ਫਿਰਦੇ ਨੇ ਪੰਜਾਬ ਦੀ ਲੜਾਈ ਲੜ ਰਹੇ ਨੇ ਸਾਰੇ ਇਕੱਠੇ ਆ ਅਸੀਂ ਨੌਜਵਾਨ ਬਾਬਾ ਜੀ ਉਹਨਾਂ ਦੇ ਨਾਲ ਨੇ ਜਥੇਬੰਦੀਆਂ ਦੇ ਨਾਲ ਨੇ ਜੋ ਹੁਕਮ ਕਰਨਗੇ ਸਾਨੂੰ ਨਹੀਂ ਲੱਗਦਾ ਜਿਹੜੇ ਉੱਥੇ ਕਿਸਾਨ ਬੈਠੇ ਨੇ ਟਾਈਮ ਤੋਂ ਟੋਲ ਪਲਾਜ਼ੇ ਬੰਦ ਪਏ ਨੇ ਉਹਦਾ ਬੋਝ ਸਾਰਾ ਆਪਣੇ ਤੇ ਪੈ ਰਿਹਾ ਟੈਕਸ ਦੇ ਤੌਰ ਤੇ ਪੈਟਰੋਲ ਵਧਾ ਰਹੇ ਨੇ ਹੋਣਾ ਡੀਜ਼ਲ ਵਧ ਰਿਹਾ ਹੈ ਬਾਈ ਜੀ ਵਧਾਰ ਰਹੇ ਨੇ ਕਿੰਨੇ ਹਜ਼ਾਰ ਕਰੋੜ ਦਾ ਫਾਇਦਾ ਕਰਤਾ ਟੋਲ ਪਲਾਜ਼ੇ ਬੰਦ ਕਰਕੇ ਕਿਉਂ ਦਈਏ ਬਾਈ ਸਾਡੇ ਕੋਲ ਹਰਾਮ ਦਾ ਪੈਸਾ ਰੋਡ ਟੈਕਸ ਪਹਿਲਾਂ ਦਈਏ ਜਦੋਂ ਆਪਾਂ ਗੱਡੀ ਲੈਂਦੇ ਆ ਤੁਹਾਨੂੰ ਪਤਾ ਤੁਸੀਂ ਰੋਡ ਟੈਕਸ ਦੰਦੇ ਹੋ ਏਜੰਸੀ ਤੋਂ ਗੱਡੀ ਨਿਕਲੋਂ ਸਾਰੇ 50000 ਰੁਪਏ ਤੁਹਾਨੂੰ ਰੋਡ ਟੈਕਸ ਦਾ ਪੈਂਦਾ ਫੇਰ ਅਸੀਂ ਟੋਲ ਟੈਕਸ ਵੀ ਦੇਈਏ ਕੀ ਗੱਲ ਬਾਈ ਸਾਡੇ ਕਿਹੜਾ ਮੇਲਾ ਚੱਲਦੀਆਂ ਨੇ ਅਸੀਂ ਕਿਹੜਾ ਕੋਰਪੋਰੇਟਿਵ ਘਰਾਣਿਆਂ ਨੂੰ ਆਪਣੀਆਂ ਜ਼ਮੀਨਾਂ ਦੇਣੀਆਂ ਨੇ ਸਾਡੇ ਕੋਲ ਹਰਾਮ ਦਾ ਪੈਸਾ ਨਹੀਂ ਟੋਲ ਪਲਾਜ਼ਾ ਦਾ ਮੈਂ ਕਹਿੰਦਾ ਪੱਕੇ ਹੀ ਬੰਦ ਹੋਣੇ ਚਾਹੀਦੇ ਨੇ ਅਸੀਂ ਕਿਹੜਾ ਬਾਈ ਅਸੀਂ ਤਾਂ ਆਪ ਦਿਹਾੜੀ ਦਾਪਾ ਕਰਕੇ ਖਾਣੇ ਵਾਲੇ ਆ ਕੌਣ ਆਪਣੇ ਚੱਡਾ ਜ਼ਿੰਮੇਵਾਰ ਐਡਾ ਸ਼ਾਹੂਕਰ ਹੁਣ 100 ਦੇ ਕਰੀਬ ਪਹੁੰਚ ਇਹ ਬਰੇਕ ਟੋਨ ਪਲਾਸੇ ਬੰਦ ਹੋਣ ਕਰਕੇ ਨਹੀਂ ਕਿਸਾਨੀ ਅੰਦੋਲਨ ਕਰਕੇ ਕਿਉਂਕਿ ਹੁਣ ਜੀਰੀ ਦਾ ਸੀਜ਼ਨ ਆ ਗਿਆ ਡੀਜ਼ਲ ਵੀ ਜਿਹੜਾ 85 86 ਤੋਂ ਉੱਪਰ ਹੋ ਗਿਆ 90 ਦੇ ਕਰੀਬ ਹੋ ਗਿਆ ਡੀਜ਼ਲ ਦੀ ਲੋੜ ਹੈਗੀ ਲਾਈਟ ਦੇ ਨਹੀਂ ਰਹੇ ਜੀਰੀਆਂ ਲਾਉਣੀਆਂ ਨੇ ਲੋੜ ਹੈਗੀ ਹਨ ਤੇ ਪੈਟਰੋਲ ਵੀ ਫਿਰ ਹੁਣ ਹੈ ਹੀ ਤੇ ਹੁਣ ਸਰਕਾਰ ਨੂੰ ਇਦਾਂ ਕਿ ਅਸੀਂ ਇਧਰ ਨੂੰ ਉਲਝਾ ਲਈਏ ਜਿਹੜਾ ਕਿਸਾਨੀ ਅੰਦੋਲਨ ਤੋਂ ਜਿਹੜਾ ਇਹਨਾਂ ਦਾ ਧਿਆਨ ਜਿਹੜਾ ਦੇਸ਼ ਦਾ ਉਹ ਹਟ ਜਾਵੇ ਤਾਂ ਫਿਰ ਇਧਰ ਮਹਿੰਗਾਈ ਨੂੰ ਪੈਟਰੋਲ ਹੋਵੇ ਸਰੋਂ ਦਾ ਤੇਲ ਹੋਵੇ 70 ਰੁਪਏ ਤੋਂ 180 ਰੁਪਏ ਪਹੁੰਚ ਗਿਆ। ਹਮਮ ਇੰਨਾ ਉਹ ਤਾਂ ਹੀ ਵਧਾ ਰਹੇ ਨੇ ਕਿ ਕੋਰਪੋਰੇਟਿਵ ਦੇ ਹੱਥ ਚਾ ਕਿਉਂ ਕੀ ਸਾਰਾ। ਹਮਮ ਠੀਕ ਹੈ। ਤੇ ਉਹ ਤਾਂ ਹੀ ਵਧਾ ਰਹੇ ਨੇ ਕਿ ਕਿਸਾਨੀ ਅੰਦੋਲਨ ਤੋਂ ਜਿਹੜਾ ਥੋੜਾ ਧਿਆਨ ਉਹ ਹਟਾ ਦਈਏ। ਹਮਮ ਜਿਵੇਂ ਤੁਸੀਂ ਸੁਣ ਸੁਣ ਚੁੱਕੇ ਹੋ ਸੰਸਾਰਦੀਪ ਕੋਲੋਂ ਵੀ 6 ਮਹੀਨੇ ਲੱਗ ਜਾਣਾ ਪਰਵੇਂ 9 ਸਾਲ ਲੱਗ ਜਾਣਾ। ਪਰ ਅੰਦੋਲਨ ਅਸੀਂ ਜਦ ਤੱਕ ਕਰ ਦੇ ਰਾਂਗੇ ਜਦ ਤੱਕ ਸਾਡੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਮੰਗਾਂ ਮਨਾ ਕੇ ਇੱਥੋਂ ਜਾਵਾਂਗੇ ਇੱਕ ਗੱਲ ਇੱਕ ਗੱਲ ਮੈਂ ਮਨਿੰਦਰ ਜੀ ਹੋਰ ਕਹਿਣਾ ਚਾਹੁੰਦਾ ਨੈਸ਼ਨਲ ਮੀਡੀਆ ਦੀ ਤੁਸੀਂ ਨੇ ਗੱਲ ਕੀਤੀ ਸੀ ਨੌਜਵਾਨਾਂ ਨੂੰ ਤੇ ਕਿਸਾਨਾਂ ਆਗੂ ਸਾਡੇ ਸਤਕਾਰਯੋਗ ਨੇ ਉਹਨਾਂ ਨੂੰ ਅਲੱਗ-ਅਲੱਗ ਕਰਦੇ ਸੀ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਤੇ ਕਿਸਾਨਾਂ ਆਗੂ ਉਹ ਭਰੋਸਾ ਰੱਖਿਓ ਕਿਸਾਨਾਂ ਆਗੂਆਂ ਦੇ ਚੱਲਣ ਵਾਲੀ ਗੋਲੀ ਪਹਿਲਾਂ ਨੌਜਵਾਨਾਂ ਦੀ ਛਾਤੀ 'ਚੋਂ ਨਿਕਲੂਗੀ ਤਾਂ ਤੁਹਾਡੇ ਤੱਕ ਪਹੁੰਚੂਗੀ ਇਹ ਵਾਅਦਾ ਕਰਦੇ ਹਾਂ ਨੌਜਵਾਨ ਇੱਕ ਨੇ ਲੱਖਾ ਇੱਕਾ ਦੀਪ ਇੱਕਾ ਬਾਬਾ ਰੋਦਾ ਸਿੰਘ ਇੱਕ ਨੇ ਰਾਜੇਵਾਲ ਸਾਹਿਬ ਇੱਕ ਨੇ ਅਸੀਂ ਇਕੱਠੇ ਆ ਸਾਡੀ ਲੜਾਈ ਇਕੱਠੇ ਜਿੱਤ ਕੇ ਆਵਾਂਗੇ ਇਕੱਠੇ ਭੰਗੜੇ ਪੰਜਾਬ ਦੇ ਬਾਰਡਰ ਤੇ ਪੈਣਗੇ ਬਹੁਤ ਜਲਦੀ ਧੰਨਵਾਦ ਜੀ ਤੁਸੀਂ ਕਿੱਦਾਂ ਸੁਣਿਆ ਕਿੱਦਾਂ ਜੋਸ਼ ਆ ਮੁੰਡੇ ਦੇ ਵਿੱਚ ਸੰਸਾਰਦੀਪ ਦੇ ਵਿੱਚ ਤੇ ਕਹਿੰਦਾ 6 ਮਹੀਨੇ ਲੱਗ ਜਾਣ ਭਾਵੇਂ 9 ਸਾਲ ਲੱਗਣ ਅਸੀਂ ਜਿੱਤ ਕੇ ਹਟਾਂਗੇ ਜੰਗ ਸਾਨੂੰ ਬਹੁਤ ਹੀ ਸੋਹਣੀਆਂ ਲੱਗੀਆਂ ਸੰਸਾਰਦੀਪ ਦੀਆਂ ਗੱਲਾਂ ਕਹਿੰਦੇ ਅਸੀਂ ਜੰਗ ਜਿੱਤ ਕੇ ਜਾਵਾਂਗੇ ਇੱਥੋਂ ਭਾਵੇਂ ਸਾਨੂੰ 9 ਸਾਲ ਲੱਗ ਜਾਣਾ ਅਸੀਂ ਨਾ ਧੰਨਵਾਦ ਕਰਦੇ ਹਾਂ ਇਹਨਾਂ ਸਾਡੇ ਲਈ ਟਾਈਮ ਕੱਢਿਆ ਮੈਂ ਮਨਿੰਦਰ ਸਿੰਘ ਤੁਸੀਂ ਦੇਖ ਰਹੇ ਪਿੰਡੂ ਟੀਵੀ ਤਾਨੂੰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਾਉਣਾ ਭੁੱਲਣਾ ਜਲਦੀ ਮਿਲਾਂਗੇ ਅਗਲੀ ਵੀਡੀਓ ਨਾਲ ਜੁੜੇ ਰਹੋ ਪਿੰਡੂ ਟੀਵੀ ਨਾਲ ਧੰਨਵਾਦ